ਤੁਸੀਂ ਦੇਖ ਰਹੇ ਹੋ ਸਾਂਝੀ ਵੀ ਨਿਊਜ਼ ਪੋਰਟਲ। ਬੀਤੇ ਦਿਨ ਕਰਫਿਊ ਦੌਰਾਨ ਪਟਿਆਲਾ ਵਿਖੇ ਪੁਲਿਸ ਵੱਲੋਂ ਕੁਝ ਨਿਹੰਗ ਸਿੰਘਾਂ ਨੂੰ ਰੋਕੇ ਜਾਣ ਤੇ ਨਿਹੰਗ ਸਿੰਘਾਂ ਵੱਲੋਂ ਸਬਜ਼ੀ ਮੰਡੀ ਵਿੱਚ ਪੁਲਿਸ ਦੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਹਮਲੇ ਵਿੱਚ ਇੱਕ ਏਐਸਆਈ ਦਾ ਹੱਥ ਵੀ ਕੱਟਿਆ ਗਿਆ ਸੀ ਜਦਕਿ ਹੋਰ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਸਨ। ਇਸ ਹਮਲੇ ਤੋਂ ਬਾਅਦ ਆਰੋਪੀ ਗੱਡੀ ਲੈ ਕੇ ਆਪਣੇ ਡੇਰੇ ਪਿੰਡ ਬਲਵੇੜਾ ਵਿਖੇ ਚਲੇ ਗਏ ਜਿੱਥੇ ਪੁਲਿਸ ਨੇ ਉਹਨਾਂ ਦਾ ਪਿੱਛਾ ਕਰ ਔਰਤਾਂ ਸਮੇਤ ਇਨ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਪਾਸੋਂ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ। ਅੱਜ ਪੁਲਿਸ ਵੱਲੋਂ ਆਰੋਪੀਆਂ ਨੂੰ ਪਟਿਆਲਾ ਦੇ ਡਿਸਟ੍ਰਿਕਟ ਕੋਰਟ ਕੰਪਲੈਕਸ ਵਿੱਚ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ 10 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਦੱਸ ਦਈਏ ਕਿ ਕੋਰਟ ਵਿੱਚ ਪੇਸ਼ ਕਰਨ ਸਮੇਂ ਭਾਰੀ ਫੋਰਸ ਦੀ ਤੈਨਾਤੀ ਕੀਤੀ ਗਈ ਸੀ। ਸਰ ਕਿੰਨੇ ਬੰਦੇ ਪੇਸ਼ ਕੀਤੇ, ਕਿੰਨਾ ਰਿਮਾਂਡ ਮਿਲਿਆ, ਕਿੰਨਾ ਕੁਛ ਮੰਗੇ ਸੀ? 10 ਬੰਦੇ ਜੀ ਸਰ, ਇਹਨਾਂ ਦਾ 10 ਦਿਨ ਦਾ ਰਿਮਾਂਡ ਮਿਲਿਆ। 14 ਦਿਨ ਕਿੰਨੇ ਆਪਣਾ ਮੰਗ ਕਿੰਨੀ ਕੀਤੀ ਸੀ? ਕਿੱਦਾਂ 14 ਦਿਨ ਦਾ ਰਿਮਾਂਡ ਸੀ ਮੰਗ ਕੀਤੀ ਸੀ। ਸਰ ਟੋਟਲ 11 ਲੋਕ ਥੇ ਇਹ ਇੱਕ ਜੀ ਜੀ ਇੱਕ ਹੌਸਪੀਟਲ ਜੀ ਉਹਦਾ ਇਹ ਬਾਅਦ ਚ ਰਸ ਹੁਣ ਤੱਕ ਕੋਈ ਵੱਖਰੀ ਨਵੀਂ ਰਿਕਵਰੀ ਵਗੈਰਾ ਕੁਛ ਇਹਨਾਂ ਕੋਲ ਹੋਈ ਹੈ? ਸਾਡੇ ਵੀ ਰਿਕਵਰੀ ਹੋਈ ਆ। ਕਿੰਨੀ ਕੁ ਹੋਰ ਵਾਧਾ ਹੋ ਕੀਤਾ ਰਿਕਵਰੀ 'ਚ, ਕਿੰਨਾ ਕੁ ਵਾਧਾ ਹੋਇਆ ਹੁੰਦਾ? ਅਜੇ ਸੇਮ ਹੀ ਆ ਜੀ, ਰਿਮਾਂਡ ਲੈ ਕੇ ਇਹਨਾਂ ਤੋਂ। ਰਿਮਾਂਡ ਕਿਤਨੇ ਦਿਨ ਦਾ ਸਰ ਕਹਾ ਇਹਨਾਂ ਨੇ, ਰਿਮਾਂਡ ਕਿਤਨੇ ਦਿਨ ਦਾ ਮਿਲਿਆ ਜੀ? 10 ਦਿਨ ਦਾ ਰਿਮਾਂਡ। ਸਾਂਝ ਟੀਵੀ ਲਈ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।